सारे उत्थे बैठे होंगे ने तो दो मुंडे जिहड़े नकली सी स्टाफ बन के आते हैं तो उन्होंने सारयां दी वीडियो बनाने लग जाते हैं। तो उत्थे ही जिहड़े गगन खन्ना ने उन्होंने जबरदस्ती बिठा के उन्होंने जेब चो वो जिहड़े दो नकली सी स्टाफ वाले मुंडे होंगे ने 70,000 रुपया जिहड़ा उन्होंने एक कलैक्शन होंगी है फाइनैंस कंपनी वाली वो लैके उत्थों फरार हो जाते। जिदा जी एक ना गगन खन्ना जी है उन्होंने सानू अपनी स्टेटमेंट दी कि वह एक फाइनैंस कंपनी में काम करते हैं तो 2 मार्च में उन्होंने वालों 2 मार्च में उन्होंने वालों जोड़ा फाइनैंस इकट्ठा किया गया कंपनी वालों उन्होंने कस्टडी से सगा तो शाम को उन्होंने एक अंशु वर्मा नाम के मुंडे का फोन आता है जोड़े मुंडे ने उन्होंने पैसे ले होंगे उधारे पेल कि तुम आ के अपना जोड़ा है पैसा ले जाओ। उन्होंने कहते गगन खन्ना जोड़े है वो गैसट हाउस में जाते हैं जिते ऑलरेडी अंशु वर्मा के होर मित्र ताश खेड रहे होंगे। जदों सारे उत्थे बैठे होंगे ने तो दो मुंडे जोड़े नकली सी स्टाफ बन के आते हैं तो उन्होंने सारयां दी वीडियो बनाने लग जाते हैं। तो उत्थे ही जोड़े गगन खन्ना ने उन्होंने जबरदस्ती बिठा के उन्होंने जेब चो वो जोड़े दो नकली सी स्टाफ वाले मुंडे होंगे ने 70,000 रुपया जोड़ा उन्होंने एक कलैक्शन होंगी है फाइनैंस कंपनी वाली वो लैके उत्थों फरार हो जाते हैं। एक एक करके जोड़े बाकी एक्यूज ने जिन्हें मेन प्लैनर अंशु वर्मा है तो एक होर प्रथम नाम का मुंडा सी ਇਹ ਵੀ ਤੇ ਉਹਨਾਂ ਦੇ ਬਾਕੀ ਹੋਰ ਸਾਥੀ ਇੱਕ ਇੱਕ ਕਰਕੇ ਉੱਥੋਂ ਗਾਇਬ ਹੋ ਜਾਂਦੇ ਨੇ। ਜੋ ਸਾਰਾ ਹੋਣ ਤੋਂ ਬਾਅਦ ਗਗਨ ਖੰਨਾ ਨੂੰ ਪਤਾ ਲੱਗਦਾ ਕਿ ਉਹਨਾਂ ਨਾਲ ਬਹੁਤ ਵੱਡੀ ਠੱਗੀ ਹੋ ਗਈ। ਇਸ ਕੰਪਲੇਂਟ ਤੇ ਅਸੀਂ FIR ਨੰਬਰ 21/2023 ਡਿਵੀਜ਼ਨ ਨੰਬਰ 3 ਥਾਣੇ ਦੇ ਵਿੱਚ ਅੰਡਰ ਸੈਕਸ਼ਨ 382/341 419 ਤੇ 506/34 IPC ਦੇ ਅੰਡਰ ਮੁਕੱਦਮਾ ਦਰਜ ਕਰਤਾ ਤੇ ਦੋਸ਼ੀਆਂ ਦੀ ਪਾਲ ਜਾਰੀ ਹੈ। ਤੇ ਹੁਣ ਇਹਨਾਂ ਐਕਿਊਜ਼ ਵਿੱਚੋਂ ਅੰਸ਼ੂ ਵਰਮਾ ਜੋ ਕਿ ਮੇਨ ਐਕਿਊਜ਼ ਹੈ ਤੇ ਉਹਦੇ ਨਾਲ ਇੱਕ ਪ੍ਰਥਮ ਮੁੰਡਾ 2 ਐਕਿਊਜ਼ ਅਸੀਂ ਹਿਰਾਸਤ ਵਿੱਚ ਲਏ ਨੇ ਅਤੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਸਰ ਪਹਿਲੇ ਵੀ ਸੀ ਸਟਾਫ ਜਾਲੀ ਬਣ ਕੇ ਲੋਕਾਂ ਨੂੰ ਠੱਗਦੇ? ਪ੍ਰੀਲਿਮਨਰੀ ਇਨਵੈਸਟੀਗੇਸ਼ਨ ਚੱਲੇ ਆਇਆ ਕਿ ਜਿਹੜਾ ਇਹਨਾਂ ਦਾ ਪਲਾਨ ਹੈ ਇਹ ਇਹਨਾਂ ਨੇ ਪਹਿਲੀ ਵਾਰੀ ਕੀਤਾ ਸੀਗਾ। ਅੱਗੇ ਬਾਕੀ ਹਲੇ ਹੋਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਨਕਲੀ ਸੀ ਸਟਾਫ ਬਣੇ ਸੀ ਉਹਨਾਂ ਨੂੰ ਕਾਬੂ ਕਰਨਾ ਅਜੇ ਬਾਕੀ ਹੈ। ਉਹਨਾਂ ਨੂੰ ਕਾਬੂ ਕਰਕੇ ਜੋ ਵੀ ਕੁਝ ਸਾਹਮਣੇ ਆਉਂਦਾ ਤੁਹਾਡੇ ਅੱਗੇ ਰੱਖਿਆ ਜਾਏਗਾ। ਕੋਈ ਬੰਦੂਕ ਦੀ ਨੌਬਤ ਦੇ ਨਾਲ ਵੀ ਕੋਈ ਇਹਨਾਂ ਨੇ ਵਾਰਦਾਤ? ਨਹੀਂ, ਉੱਥੇ ਇਹ ਬਹੁਤ ਕਲੀਨ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਆਪਣੇ ਵਾਰਦਾਤ ਨੂੰ ਅੰਜਾਮ ਦਿੱਤਾ। ਜਿਹੜਾ ਕਿ ਗਗਨ ਜਿਹੜੇ ਖੰਨਾ ਨੇ ਮੇਨ ਕੰਪਲੇਨੈਂਟ ਹੈ ਜਿਹੜਾ ਉਹਨੂੰ ਐਂਡ ਤੱਕ ਪਤਾ ਹੀ ਲੱਗਿਆ ਵੀ ਉਹਦੇ ਨਾਲ ਹੋ ਕੀ ਗਿਆ। ਕਾਫੀ ਟਾਈਮ ਬਾਅਦ ਜਦੋਂ ਇੱਕ ਇੱਕ ਕਰਕੇ ਸਾਰੇ ਐਕਿਊਜ਼ ਉੱਥੋਂ ਚਲੇ ਗਏ ਅਤੇ ਆਪਣੇ ਆਪਣੇ ਮੋਟਰਸਾਈਕਲ 'ਤੇ ਬੈਠ ਕੇ ਉੱਥੋਂ ਗਏ ਉਦੋਂ ਉਹਨਾਂ ਨੂੰ ਸਮਝ ਆਈ ਕਿ ਉਹਨਾਂ ਨਾਲ ਠੱਗੀ ਹੋ ਚੁੱਕੀ ਹੈ। ਅਤੇ ਇਹਨਾਂ ਨੂੰ ਪਹਿਲੇ ਇਹਨਾਂ ਨੂੰ ਪਤਾ ਲੱਗਿਆ ਸੀ ਠੱਗ ਹੈਗੇ ਤਾਂ ਪੁਲਿਸ ਕੋਲ ਆਏ? ਨਹੀਂ, ਐਕਚੁਅਲੀ ਇਹ ਸੀਗਾ ਵੀ ਗਗਨ ਖੰਨੇ ਨੇ ਤਾਂ ਆਪਣੇ ਜਿਹੜੇ ਪੈਸੇ ਉਧਾਰੇ ਦਿੱਤੇ ਸੀਗੇ ਅੰਸ਼ੂ ਵਰਮਾ ਤੋਂ ਉਹ ਲੈਣੇ ਸੀ। ਉਹ ਪਹਿਲਾਂ ਉਹਨਾਂ ਨੂੰ ਕਿਸੇ ਹੋਰ ਪਲੇਸ 'ਤੇ ਬੁਲਾਇਆ ਫੋਨ ਕਰਕੇ, ਜਦ ਗਗਨ ਖੰਨਾ ਉੱਥੇ ਪਹੁੰਚ ਗਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਗੈਸਟ ਹਾਊਸ 'ਚ ਉਹਨਾਂ ਨੂੰ ਬੁਲਾਇਆ ਅਤੇ ਗਗਨ ਖੰਨਾ ਦੇ ਦਿਮਾਗ 'ਚ ਤਾਂ ਹੀ ਸੀਗਾ ਵੀ ਉਹ ਮਨੀ ਕਲੈਕਟ ਕਰਨੀ ਹੈ, ਸ਼ਾਮ ਨੂੰ ਤਾਂ ਕਲੈਕਟ ਕਰਕੇ ਲੈ ਕੇ ਜਾ ਰਿਹਾ ਸੀ। ਬਟ ਜਿਹੜਾ ਅੰਸ਼ੂ ਵਰਮਾ ਉਹ ਜਿਹੜਾ ਮਾਸਟਰ ਮਾਈਂਡ ਇਹਨਾਂ ਸ਼ਾਦਰ ਸੀ, ਉਹਨੂੰ ਪਤਾ ਸੀ ਵੀ ਅੱਜ ਪੂਰੇ ਦਿਨ ਦੀ ਕਲੈਕਸ਼ਨ ਜਿਹੜੀ ਹੈਗੀ ਹੈ ਗਗਨ ਖੰਨਾ ਕੋਲ ਹੋਏਗੀ ਅਤੇ ਉਹ ਕਲੈਕਸ਼ਨ ਜਿਹੜੀ ਹੈਗੀ ਹੈ ਉਹ ਤੋਂ ਫੋਨ ਦੇ ਮੰਤਵ ਦੇ ਨਾਲ ਹੀ ਉਹਨੇ ਉਹਨੂੰ ਮਿਸਗਾਈਡ ਕਰਕੇ ਉੱਥੇ ਬੁਲਾਇਆ। ਕਿੱਥੋਂ ਗ੍ਰਿਫਤਾਰੀ ਕੀਤੀ ਗਈ? ਇਹਨਾਂ ਦੀ ਗ੍ਰਿਫਤਾਰੀ ਜਿਹੜਾ ਆਪਣਾ ਪ੍ਰਥਮ ਹੈ ਜੀ ਜਿਹੜਾ ਅੰਸ਼ੂ ਹੈ ਉਹ ਤਾਂ ਸਰੈਂਡਰ ਹੀ ਹੋ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ 'ਤੇ ਮੁਕੱਦਮਾ ਵੀ ਦਰਜ ਹੈ ਕਿਉਂਕਿ ਅਸੀਂ ਕਿਤੇ ਲੀਕ ਨਹੀਂ ਕੀਤਾ। ਅਤੇ ਜਿਹੜਾ ਪ੍ਰਥਮ ਹੈ ਉਹਨੂੰ 3 ਨੰਬਰ ਡਿਵੀਜ਼ਨ ਦੇ ਏਰੀਆ 'ਚ ਗ੍ਰਿਫਤਾਰ ਕੀਤਾ ਗਿਆ।